ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ ਵਿੱਚ ਚਾਰ ਗੱਬਣ ਵਿਹੜਾ ਦਿਖਾਵਾਂਗੇ, ਚਾਰੇ ਸੇਲ ਆ। ਡਿਟੇਲ ਵੀਰ ਤੋਂ ਪੁੱਛਦੇ ਹਾਂ, ਆਓ ਅੱਗੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਵੀਰੇ ਕੁਲਦੀਪ ਸਿੰਘ, ਪਿੰਡ ਗੁਰਮਾ ਵੀਰੇ, ਜ਼ਿਲ੍ਹਾ ਬਰਨਾਲਾ। ਅਤੇ ਮੋਬਾਈਲ ਨੰਬਰ ਆਪਣਾ? ਮੋਬਾਈਲ ਨੰਬਰ ਹੈਗਾ 98787-55-069। 98787-55-069। ਆਪਾਂ ਦਿਖਾਵਾਂਗੇ ਚਾਰ ਚਾਰੇ ਗੱਬਣਾ, ਹੈ ਨਾ। ਅਤੇ ਪਹਿਲਾ ਨੰਬਰ ਜਿਹੜੀ ਬੱਚੀ ਦੇਖਦੇ ਹਾਂ, ਸੂਆ ਕਿਹੜਾ ਸੁਣਦੀ ਹੈ ਜੀ? ਇਹ ਦੂਜਾ ਸੂਆ ਵੀ। ਇਹ 24 ਕਿੰਨੀ ਤਰੀਕ ਨੂੰ ਦਿਨ ਪੂਰੇ ਇਹਦੇ? ਇਹ 24 ਤਰੀਕ ਨੂੰ ਦਿਨ ਪੂਰੇ ਆ। ਠੀਕ ਹੈ, ਦੂਜਾ ਸੂਆ ਸੁਣਦੀ ਹੈ। ਦੰਦਾ ਜੀ ਹੋ ਲਗਭਗ? ਦੰਦਾ ਨਹੀਂ, ਦੰਦਾ ਪੂਰੀ ਹੋ ਗਿਆ ਦੰਦੀ ਦੇ। ਠੀਕ ਹੈ, ਜੈਨੂਅਨ ਦੂਜਾ ਸੂਆ ਸੁਣਦੀ ਹੈ। 24-25 ਤਰੀਕ ਨੂੰ ਦਿਨ ਪੂਰੇ ਇਹਦੇ। ਹਾਂ, 27-28 ਲੀਟਰ ਦੁੱਧ ਪਾਇਆ ਹੋਇਆ ਇਹਦੇ। ਇਸ ਵਾਰ ਆਪਾਂ ਅੰਦਾਜ਼ਾ ਲਾ ਸਕੀਏ ਇਹਦਾ? ਇਸ ਵਾਰ ਵੀ 30 ਦੂਰ ਜਾਊ ਪਲੱਸ ਆਰਾਮ। ਸੀਮਨ ਵਗੈਰਾ ਪੁੱਛਿਆ, ਚੰਗਾ ਲੱਗਿਆ ਵਾ? ਹਾਂ ਹਾਂ, ਵਧੀਆ ਸੀਮਨ। ਠੀਕ ਹੈ, ਭਾਅ ਬਜ਼ਾਰ ਇਹਦਾ ਕੀ ਹੋਊਗਾ? ਭਾਅ ਆਪਾਂ ਫੋਨ ਤੇ ਕਰ ਦਾਂਗੇ ਵੀਰੇ। ਜਾਇਜ਼ ਹੋਊਗਾ ਧੋਰੀ ਵਾਰ ਨੂੰ। ਸੋ ਵੀਰੇ, ਪਹਿਲੇ ਨੰਬਰ ਤੇ ਆਪਾਂ ਨਗੀਨਾ ਦਿਖਾਉਣੇ ਪੈ ਜਾਵਾਂ, ਟੌਪ ਕਲਾਸ। ਸੋ ਮੱਥੇ ਤੇ ਟੋਆ ਵਗੈਰਾ ਤੇ ਕੰਨ ਨਿੱਕਾ ਨਿੱਕਾ, ਕੱਦ ਕਾਠ ਪੂਰਾ ਫੁੱਲ ਕਰਦਾ, ਚੰਗੀ ਜਿੰਦ ਜਾਣ ਤੇ ਰਾਜੀ ਸਮੀ ਬੜੀ ਵੀ ਬਹੁਤ ਜ਼ਿਆਦਾ। ਇਹ ਨਹੀਂ ਗੱਲ ਵੀ ਲੱਸੀ ਨਾ ਮੈਂ ਕਿਸੇ ਪਾਸੇ ਤੇ ਲੇਵਾ ਲੈ ਕੇ ਤੁਰਿਆ ਜਾਂਦਾ। ਅੱਜ ਹੋ ਗਈ 21 ਤਰੀਕ, ਮੇਰੇ ਹਿਸਾਬ ਨਾਲ 4 ਜਾਂ 5 ਦਿਨ ਕੱਢ ਦੂ ਹੋ ਜਾਣਾ। ਸੋ 4-5 ਦਿਨ ਹਜੇ ਬੱਚੀ ਕੱਢਦੇ ਨੇ, ਤੇ ਬਾਕੀ ਜੋਨ ਵਗੈਰਾ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ, ਮਿਲਕ ਵੇਨ ਵਗੈਰਾ ਚੰਗੀ ਆ। ਜਿਹੜੇ ਵੀਰ ਕਹਿੰਦੇ ਕਿ ਚੰਗੀ ਜਰਸੀ ਲੈਣੀ ਹੈ, ਕਿਉਂ ਵੀ ਠੰਡੀ ਜੀ ਲੱਭ ਰਿਹਾ, ਕੋਈ ਨਹੀਂ ਆਏ। ਬਾਕੀ ਮੇਨ ਖਾਸੀਅਤ ਇਹਨਾਂ ਠੰਡੀ ਹੁੰਦੀ ਹੈ, ਹੈ ਨਾ। ਸੋ ਦੇਖੋ ਮੂੰਹ ਮੱਥਾ ਜਾਵਾਂ, ਧੋਰੀ ਮਾੜੀ ਲੰਬੀ ਤੋਰੇ, ਦੋਨੋਂ ਗੱਡੀਆਂ ਨਹੀਂ ਲੈ ਜਾਣ। ਸੋ ਤੁਰਦੀ ਵਗੈਰਾ ਦੇਖੋ, ਜਿਵੇਂ ਗੱਗੂ ਗੱਲ ਵਾਂਗੂ ਝੂਮ ਝੂਮ ਕੇ ਤੁਰਦੀ ਆ। ਦੂਜਾ ਸੂਆ ਜੈਨੂਅਨ, 4 ਜਾਂ 5 ਦਿਨ ਕੱਢੂ, ਬਾਹਲੇ ਦਿਨ ਲੈਂਦੀ ਕੋਈ ਨਹੀਂ। ਅਤੇ ਝੋਲੀ ਝਾਲੀ ਦੇਖੋ ਬੈਠਦੀ, ਪਲਾਈਆਂ ਪਲੂਈਆਂ ਬਹੁਤ ਪਈਆਂ, ਅਤੇ ਪੂਰੀ ਬਿਊਟੀ ਵਗੈਰਾ ਉੱਪਰ ਤੋਂ ਲੈ ਕੇ ਥੱਲੇ ਦੀ ਕਰ ਜਾਵਾਂ, ਕਿਆ ਪਤਾ ਗੁੰਦੀ ਪਈ ਹੈ ਜਾਵਾਂ। ਅਤੇ ਦੂਜਾ ਸੂਆ ਜਿਹਨਾਂ ਨੂੰ ਸੁਣਦੀ ਆ ਹਵਾਨੇ ਅਤੇ ਨਾੜਾ ਵਗੈਰਾ, ਹਕੀਕਤ ਆਪਾਂ ਇਹਦਾ ਬਲ ਮੰਨ ਸਕਦੇ ਹਾਂ, 25 ਕਿਲੋ ਤੋਂ ਲੈ ਕੇ 30 ਕਿਲੋ ਦੇ ਵਿੱਚ ਵਿੱਚ ਹਕੀਕਤ ਬੈਠ ਚੱਲੂਗੀ, ਅਤੇ ਸਹੀ ਸਲਾਮਤ ਕਰਨ ਵਾਲੀ ਸੂਪ ਹੈ। ਅਤੇ ਨਾੜਾ ਵਗੈਰਾ ਦੇਖੋ ਜਾਵਾਂ, ਮੋਟੀਆਂ ਨਾੜਾ, ਜਿਵੇਂ ਟਰੈਕਟਰ ਦੇ ਸਪਰਿੰਗ ਹੁੰਦੇ ਸੀਟ ਦੇ, ਉਸ ਹਿਸਾਬ ਦਾ ਨਾੜਾ। ਇਹਦੇ ਮਿਲਕ ਵੇਨ ਵਗੈਰਾ ਚੰਗੀ ਸੋਹਣੀ ਦਿਖਾਈ ਦਿੰਦੀ ਆ। ਅਤੇ ਚੀਪਾ ਚੁੱਪਾ ਵੀਰੇ ਓਕੇ ਜਮਾ? ਹਾਂ ਜਮਾ ਓਕੇ। ਠੀਕ ਆ, ਕੋਈ ਦੂਰੋਂ ਆਵੇ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਹੋਊਗੀ? ਅੱਗੇ 2 ਨੰਬਰ ਬੱਚੀ ਦੇਖਦੇ ਜਿਹੜੀ ਆਪਾਂ, ਇਹ ਵੀਰੇ ਹਫ਼ਤੇ 10 ਦਿਨਾਂ ਦੀ ਕੱਚੀ ਆ। 10 ਦਿਨ ਦੀ ਕੱਚੀ? ਹਾਂ, ਇਹ ਵੀ ਦੂਜਾ ਸੂਆ ਵੀ। ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ? ਦੁੱਧ ਇਹਨੇ ਵੀਰੇ 22 ਤੋਂ 23 ਲੀਟਰ ਪਾਇਆ ਹੋਇਆ ਲੂਣ ਨੇ। 22 ਤੋਂ 23? ਹਾਂ, ਮੰਨ ਕੇ ਚੱਲੇ ਜੱਟ ਸੌਦਾ ਹੈ, ਗਰਮੀ ਵਿੱਚ 20 ਕਿਲੋ ਤੋਂ ਪਾਰ ਵਾਲੀ ਹੈਗੀ ਆ। ਹਾਂ ਹਾਂ, 30-24 ਲੀਟਰ ਪਾਊ ਵੀਰੇ ਆਰਾਮ ਨਾਲ, ਧੋਰੀ ਵਾਰ ਨੂੰ ਇਹਨੂੰ। ਸੋ ਵੀਰੋ, ਕੱਦ ਕਾਠ ਇਹਦਾ ਵੀ ਬੱਚੀ ਦਾ ਬਹੁਤ ਜ਼ਿਆਦਾ, ਫੁੱਲ ਰਾਜੀ ਸਮੀ ਬਲੀ ਆ, ਇਹ ਨਹੀਂ ਗੱਲ ਵੀ ਲੱਸੀ ਨਾ ਮੈਂ ਕਿਸੇ ਪਾਸਿਓ। ਦੂਜਾ ਸੂਆ ਸੁਣਦੀ ਆ, 20 ਤੋਂ ਪਾਰ ਪਾਰ ਦੁੱਧ ਪਾ ਦੂ, ਮੱਥੇ 'ਤੇ ਟੋਆ ਵਗੈਰਾ ਫੁੱਲ ਬਰੀਡ ਆ, ਇਹ ਨਹੀਂ ਗੱਲ ਵੀ ਲੱਸੀ ਨਾ ਵੀ ਹੈ, ਇਕੱਲੀ ਕੱਚੀ ਕੱਚੀ ਆ 10 ਦਿਨ ਦੀ ਇਹ। ਅਤੇ ਸਫਾਈਆਂ ਵਗੈਰਾ ਅਤੇ ਤੋਰਾ ਵਗੈਰਾ ਪੂਰੀ ਸਾਫ਼ ਸੁਥਰੀ ਆ, ਰਾਜੀ ਗੌਰ ਵਗੈਰਾ ਚੰਗੀ ਹੋਈ ਵੀ ਜਿੱਥੋਂ ਆਈ ਵੀ ਹੈ, ਇਹ ਨਹੀਂ ਗੱਲ ਵੀ ਲੱਸੀ ਨਾ ਮੈਂ ਕਿਸੇ ਪਾਸਿਓ। ਅਤੇ ਬਾਕੀ ਫੇਸ ਕੁਆਲਿਟੀ ਦੇਖ ਸਕਦੇ ਨੇੜੇ ਤੋਂ, ਪੂਰੀ ਸਾਫ਼ ਸੁਥਰੀ, ਅਤੇ ਗਰਦਨ ਵਗੈਰਾ ਦੇਖੋ ਲੰਬਾਈ ਪੂਰੀ ਆ ਜਮਾਂ, ਅਤੇ ਜਿੰਦ ਜਾਣ ਜਮਾਂ, ਰਾਜੀ ਬਹੁਤ ਆ। ਦੂਜਾ ਸੂਆ ਸੂਰ ਨੂੰ 10 ਦਿਨ ਬਾਕੀ ਪਿਆ ਹਜੇ, ਅਤੇ ਨਾੜਾ ਵਗੈਰਾ ਹਵਾਨੇ ਅਤੇ ਇਹਦੇ ਵੀ ਸੋਹਣੇ ਚੰਗੇ ਦਿਖਾਈ ਦੇ ਜਾਂਦੀ, ਮਿਲਕਮੈਨ ਚੰਗੀ ਆ। ਅੱਗੇ ਆਪਾਂ ਦੇਖਦੇ ਪਏ ਹਾਂ, 3 ਨੰਬਰ ਵਾਲੀ ਕਿਹੜਾ ਸੂਆ ਸੁਣਦੀ ਹੈ? ਫਲੂਣ 4 ਦਿਨ ਕਿਆ ਇੱਕ ਦਿਨ ਲੈਂਦੀ ਆ? 25 ਦਿਨ ਬਾਕੀ ਆ ਮਹੀਨੇ ਤੋਂ ਅੰਦਰ, ਹੈ ਨਾ। ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ? ਦੁੱਧ ਫਿਰ ਇਹ 15 ਤੋਂ ਬਾਅਦ ਪਾ ਦੂਗੀ ਆਰਾਮ ਨਾਲ, 15 ਕਿਲੋ ਤੋਂ ਬਾਅਦ। ਤੋਰਾ ਵਗੈਰਾ ਓਕੇ ਆ? ਸੋ 15 ਕਿਲੋ ਤੋਂ ਬਾਅਦ ਦੁੱਧ ਦੇ ਦੂ, 25 ਦਿਨ ਦੀ ਬਾਕੀ ਆ, ਰੇਟ ਵਾਜਬ ਹੋ ਜਾਵਾਂ। ਸੋ ਬਾਕੀ ਮੂੰਹ ਮਤਾ ਦੇਖੋ ਜਮਾਂ, ਕਿਆ ਬਾਤ ਆ, ਕਿਆ ਬਾਤ ਆ, ਸਾਨਾ ਵਰਗਾ ਮੂੰਹ ਆ ਜਮਾਂ, ਮੂਹਰੋਂ ਚਾਪੜ ਵਰਗੀ ਬਰੀਡ ਫੁੱਲ ਆ, 25 ਦਿਨ ਬਾਕੀ ਪਿਆ ਸੂਨ ਦੇ ਵਿੱਚ ਇਹਦੇ, ਰਾਜੀ ਰੂਜੀ ਬਹੁਤ ਆ ਮੋੜ ਲਿਆ। 3 ਨੰਬਰ 'ਤੇ ਪਹਿਲਾ ਸੂਆ ਸੁਣਦੀ ਹੈ, ਬਰੀਡ ਬਰੂਡ ਫੁੱਲ ਆ ਰਹੇ ਦੇਖੋ ਮੂੰਹ। ਅੱਗੇ 4 ਨੰਬਰ 'ਤੇ ਆਪਣੀ ਕਾਲੀ ਦੇਖਦੇ ਪਏ ਹਾਂ ਜਰਸੀ, ਇਹਨੇ ਵੀ ਦੂਜਾ ਸੂਆ ਸੁਣਾ ਵੀ, ਕਾਫੀ ਕਲਰ 'ਚ ਆ ਗਈ, ਹੈ ਨਾ। ਕਿੰਨੀ ਕੱਚੀ ਕਿੰਨੀ ਕਾ? 4-5 ਦਿਨ ਹੀ ਲਊ।
ਕਿੰਨਾ ਦੁੱਧ ਪਾ ਦੂਗੀ? ਦੁੱਧ ਇਹ ਵੀ 15 ਲੀਟਰ ਪਾ ਦੂਗੀ, 14-15 14-15 ਲੀਟਰ ਦੁੱਧ ਪਾ ਦੂਗੀ, ਅਤੇ ਦੂਜਾ ਸੂਆ ਸੁਣਦੀ ਹੈ ਹੈ ਨਾ, ਚੰਗੀ ਬਰੀਡ ਜਿੰਦ ਜਾਣ ਦੇ ਵਿੱਚ, ਅਤੇ ਦਿਨ ਹਫ਼ਤਾ ਲਗਭਗ ਲੈ ਸਕਦੀ ਹੈ ਨਾ। ਠੀਕ ਹੈ, ਮੋੜ ਲੈ ਵੀਰੇ। ਸੋ ਆਪਾਂ 4 ਜਰਸੀ ਬੜਾ ਦਿਖਾਤੀਆਂ, ਨੰਬਰ ਬੋਲ ਦੀ ਵੀ ਦੁਬਾਰਾ ਆਪਣਾ ਨੰਬਰ ਵੀ 98-687-55-09 ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ। 4 ਬੜਾ ਦਿਖਾ ਦਿਆਂ, ਪਹਿਲੇ ਨੰਬਰ 'ਤੇ ਨਗੀਨਾ ਦਿਖਾਇਆ ਸੀ ਉਹਨੂੰ, ਟੋਪ ਕਲਾਸ ਦਾ। ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨੇ।